ਹੁਣ ਜਿਹੜੀ ਗਾਈਸ ਤੁਸੀਂ ਆਵਾਜ਼ ਸੁਣੀ ਨਾ, ਇਹ ਹੈਗੀ ਓਰੀਜਨਲ ਜਿੱਦਾਂ ਸਲੰਸਰ ਦੀ ਜਿਹੜੀ ਮਫਲਰ ਹੁੰਦਾ ਨਾ, ਜਿਹਨੂੰ ਬੌਂਸਰੀ ਕਹਿੰਦੇ ਆ, ਸੋ ਓਰੀਜਨਲ ਸਲੰਸਰ ਦੀ ਆਵਾਜ਼ ਸੀਗੀ। ਅਤੇ ਹੁਣ ਆਪਾਂ ਤੁਹਾਨੂੰ ਇੱਕ ਜੁਗਾੜ ਕੀਤਾ ਵਾ, ਦਿਖਾਉਂਦੇ ਹਾਂ। ਅਤੇ ਆਹ ਵਾਲੀ ਪਾਈਪ ਆ, ਪਰਦਿਆਂ ਦੀ ਪਾਈਪ ਕਹਿੰਦੇ ਇਹਨਾਂ ਨੂੰ, ਜਿੱਦਾਂ ਪਰਦਿਆਂ ਨੂੰ ਨਹੀਂ ਲੱਗਦੀ ਪਾਈਪ, ਉਹ ਵਾਲੀ ਪਾਈਪ ਆ। ਅਤੇ ਉਸ ਤੋਂ ਬਾਅਦ ਕਟਾ ਕੇ ਇਹਨੂੰ ਸਲੰਸਰ ਦੇ ਸਾਈਜ਼ ਜਿੰਨਾ ਕਰਵਾ ਕੇ, ਆਹ ਦੇਖੋ ਇੱਥੇ ਤੱਕ ਹੀ ਹੁੰਦੀ ਇਹਦੀ ਬੰਸਰੀ। ਅਤੇ ਕਟਵਾਉਣ ਤੋਂ ਬਾਅਦ ਜਿਹੜਾ ਅਗਲਾ ਪੀਸ ਹੁੰਦਾ ਉਹ ਇੱਥੇ ਵੈਲਡਿੰਗ ਕਰਾ ਦਿੱਤਾ, ਆਹ ਦੇਖੋ। ਸੋ ਆਹ ਪ੍ਰੋਪਰ ਤਿਆਰ ਹੋ ਗਈ, ਆਹ ਦੇਖੋ। ਇਹਦੇ ਨਾਲ ਇੱਕ ਤਾਂ ਆਵਾਜ਼ ਬੜੀ ਜ਼ਬਰਦਸਤ ਬਣ ਜਾਂਦੀ, ਦੂਸਰੀ ਇਹਦੀ ਪਾਵਰ। ਹੁਣ ਤੁਹਾਨੂੰ ਓਰੀਜਨਲ ਕੱਢ ਕੇ ਦਿਖਾਉਂਦੇ ਇਹਦੀ ਜਿਹੜੀ ਵਿੱਚ ਲੱਗੀ ਪਈ ਹੈ। ਓਰੀਜਨਲ ਆਵਾਜ਼ ਆ, ਹੁਣ ਆਪਾਂ ਇਹਨੂੰ ਕੱਢ ਕੇ ਦਿਖਾਉਂਦੇ ਤਾਂ ਮੇਰੀ ਆਵਾਜ਼ ਫਿਰ ਆਪ ਫਿੱਟ ਕਰਾਂਗੇ, ਚੈੱਕ ਕਰੋ ਦੋਨੋਂ। ਇਹ ਬੇਸਿਕਲੀ ਤਿੱਖੀ ਆਵਾਜ਼ ਕਰਨ ਵਾਸਤੇ ਹੁੰਦਾ ਵਾ। ਅਤੇ ਹੁਣ ਦੇਖੋ ਕਿੱਡੀ ਪੈਪ ਵਾੜਤੀ, ਥੈਂਕ ਯੂ।
ਸੋ ਗਾਈਜ਼ ਜਿੱਦਾਂ ਚੈਂਬਰ ਸਲੰਸਰ ਵਾਏ ਕਰਦਾ ਨਾ ਸੇਮ ਉੱਦਾਂ ਦੀ ਵਾਏ ਹੋ ਗਈ ਆ, ਤੁਸੀਂ ਦੇਖ ਹੀ ਲਈ ਅਤੇ ਆਹ ਸਾਰੇ ਐਕਸਪੈਰੀਮੈਂਟ ਆਪਾਂ ਕਰਕੇ ਦੇਖੇ ਆ, ਅਤੇ ਆਹ ਐਕਸਪੈਰੀਮੈਂਟ ਤੁਸੀਂ ਵੀ ਕਰ ਸਕਦੇ ਹੋ, ਆਹ ਪਾਈਪ ਵਗੈਰਾ ਲਗਾ ਕੇ ਆਹ ਪਾਈਪ ਕਟਾ ਕੇ ਇੰਨੀ, ਉਸ ਤੋਂ ਬਾਅਦ ਆਹ ਜਿਹੜਾ ਵਾ ਇਹਦਾ ਓਰਿਜਿਨਲ ਆ, ਇਹਨੂੰ ਇੱਥੋਂ ਦੀ ਕੱਟ ਲੈਣਾ, ਇੰਨਾ ਕੱਟਣ ਤੋਂ ਬਾਅਦ ਵੈਲਡਿੰਗ ਕਰਨਾ, ਤੁਹਾਨੂੰ ਦਿਖਾ ਦਿੰਦੇ ਕਿੱਦਾਂ ਕੀਤਾ। ਆਹ ਦੇਖੋ ਇਸ ਤੋਂ ਬਾਅਦ ਇੰਨਾ ਕੱਟ ਕੇ ਅਤੇ ਆਹ ਪਾਈਪ ਦੇਖੋ ਵੈਲਡਿੰਗ ਕਰਾ ਕੇ, ਅਤੇ ਬਿਲਕੁਲ ਚੈਂਬਰ ਜਿੱਦਾਂ ਸਲੰਸਰ ਹੁੰਦਾ ਨਾ ਛੋਟਾ, ਉਹਦੇ ਵਰਗੀ ਆਵਾਜ਼ ਬਣ ਜਾਣੀ ਉੱਦਾਂ, ਉਹ 10-15 ਹਜ਼ਾਰ ਦਾ ਸਲੰਸਰ ਆ। ਸੋ ਤੁਸੀਂ ਡਾਇਰੈਕਟ 500 ਜਾਂ 1000 ਰੁਪਏ ਦੇ ਅੰਦਰ ਅੰਦਰ ਕਰ ਸਕਦੇ ਹੋ, ਕਿਉਂਕਿ ਸਲੰਸਰ ਇਹਦਾ ਨਵਾਂ 800-900 ਰੁਪਏ ਦਾ ਮਿਲ ਜਾਂਦਾ ਦੇਸੀ, ਤੋ ਤੁਸੀਂ ਐਕਸਪੈਰੀਮੈਂਟ ਕਰਨ ਲਈ ਉਹ ਯੂਜ਼ ਕਰ ਸਕਦੇ ਹੋ। ਅਤੇ ਬਾਕੀ ਜੇ ਓਰਿਜਿਨਲ ਨੂੰ ਕਰਨਾ ਇਹ ਕੱਟ ਕੇ, ਤਾਂ ਤੁਸੀਂ ਆਹ ਵਾਲਾ ਪੂਰਾ ਡਿਕਾਰਟਮੈਂਟ ਤਿਆਰ ਕਰ ਸਕਦੇ। ਇੱਕ ਵਾਰੀ ਹੋਰ ਤੁਹਾਨੂੰ ਆਵਾਜ਼ ਸੁਣਾਉਂਦਾ ਇਹਦੀ ਮੈਂ, ਚੈੱਕ ਕਰੋ। ਬਾਕੀ ਜੇ ਤੁਸੀਂ ਸੇਮ ਇੱਦਾਂ ਆਪਣੇ ਪੁਰਾਣੇ ਸਲੰਸਰ ਨੂੰ ਜਿਗਾੜ ਲਾਉਣਾ, ਫਿਰ ਤੁਹਾਡਾ 150 ਰੁਪਏ ਦੇ ਵਿੱਚ ਲੱਗ ਜਾਣਾ, 100 ਰੁਪਏ ਦੀ ਪੈਪ ਆ ਇਹਦੀ, ਅਤੇ ਵੈਲਡਿੰਗ ਵੁਲਡਿੰਗ ਕਰਕੇ ਸੇਮ ਇੱਦਾਂ ਹੀ ਮਤਲਬ 150 ਰੁਪਏ 'ਚ ਤਿਆਰ ਹੋ ਜਾਣੀ। ਅਤੇ ਤੁਸੀਂ ਐਨ ਸਲੰਸਰ ਪੂਰਾ ਇਹਦੀ ਤਿੱਖੀ ਵਾਜ਼ ਵਾਲਾ ਬਣਾ ਸਕਦੇ ਹੋ। ਅਤੇ ਇੱਕ ਵਾਰੀ ਹੋਰ ਆਵਾਜ਼ ਸੁਣੋ ਇਹਦੀ, ਤੁਹਾਨੂੰ ਹੁਣ ਦੁਬਾਰਾ ਸੁਣਾਉਂਦਾ ਇਹਦੀ ਆਵਾਜ਼ ਅਤੇ ਓਰਿਜਿਨਲ ਦੀ ਸੁਣਾਉਂਦਾ, ਦੋਨਾਂ 'ਚ ਫਰਕ ਦੇਖ ਲਓ। ਸਾਰੇ ਹੈੱਡਫੋਨ ਲਾ ਕੇ ਜ਼ਰੂਰ ਸੁਣਿਓ ਤਾਂ ਕਿ ਤੁਹਾਨੂੰ ਪ੍ਰੋਪਰਲੀ ਆਵਾਜ਼ ਸੁਣ ਜਾਵੇ, ਕਿਉਂਕਿ ਇੱਦਾਂ ਦੀ ਵੀਡੀਓ ਬਹੁਤ ਘੱਟ ਮਿਲਣੀ। ਦੇਖੋ ਹੋਰ ਗੱਡੀ ਬਾਤ, ਬਾਕੀ ਇੱਕ ਵਾਰੀ ਹੋਰ ਦੱਸ ਦਿੰਦਾ ਗਾਈ ਸਾਹਿਬ, ਪਾਈਪ ਤੁਸੀਂ ਇੰਨੀ ਕੱਟ ਕੇ ਅਤੇ ਜਿਹੜੀ ਇਹਦੀ ਬੰਸਰੀ ਹੁੰਦੀ ਨਾ ਉਹ ਅੱਧੀ ਕਟਵਾ ਕੇ ਅਤੇ ਵੈਲਡਿੰਗ ਕਰਾਉਣੀ ਆ। ਸੋ 100-150 ਰੁਪਏ ਦੇ ਖਰਚੇ ਦੇ ਵਿੱਚ ਫੁੱਲ ਤਿਆਰ ਹੋ ਜਾਣਾ ਸਲੰਸਰ ਤੁਹਾਡਾ। ਅਤੇ ਆਈ ਹੋਪ ਸਾਰਿਆਂ ਨੇ ਵੀਡੀਓ ਦੇਖ ਲਈ ਹੋਣੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜਿਨ੍ਹਾਂ ਨੇ ਐਗਜ਼ੋਸਟ ਵਗੈਰਾ ਦਾ ਆਵਾਜ਼ ਚੇਂਜ ਕਰਾਉਣੀ ਹੋਵੇ ਇੱਦਾਂ ਕਰਵਾ ਸਕਦਾ ਵਾ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਗਾਈਸ। ਹੁਣ ਮਿਲਾਂਗੇ ਨੈਕਸਟ ਵੀਡੀਓ 'ਚ ਘੈਂਟ ਵਾਲੀ 'ਚ। ਬਾਏ ਬਾਏ, ਟੇਕ ਕੇਅਰ।